नमस्कार, अर्पकाश टीवी की इस खास रिपोर्ट में, खास लाइव कार्यक्रम में आपका स्वागत है। संजय मल्होत्रा, आज एक बार फिर से नवजोत सिंह सिद्धू ने प्रेस कॉन्फ्रेंस की और एक बार फिर से उन्होंने अपनी ही सरकार के ऊपर हमला बोला, अपनी ही सरकार के ऊपर खड़े में खड़ा किया। सिद्धू साहब, मेरा एक सवाल है, उस पोलिटिकल बिल चैलेंज किया ना, फिर लथा ना हो किस चीज का लथा का लथा ना ਜਿਹਨੇ ਲਾਇਆ ਉਹਨਾਂ ਕੀ ਕਿਹਾ ਕਿ ਸਾਨੂੰ ਵਿਸ਼ਵਾਸ ਨਹੀਂ ਹੈ, ਸੁਮੇਰ ਸੈਣੀ ਦੇ ਘਰੇ ਡਾਂਗਾ ਮਾਰ ਕੇ ਆ ਗਏ। ਹੁਣ ਸਿੱਧੂ ਸਾਹਿਬ ਤੁਸੀਂ ਇੱਕ ਗੱਲ ਕਹੀ ਹੈ ਕਿ ਸੀਲਬੰਦ ਰਿਪੋਰਟ ਅਜੇ ਤੱਕ ਨਹੀਂ ਖੁੱਲੀ ਹੈ ਡਰੱਗ ਨੂੰ ਲੈ ਕੇ, ਪਰ 4:30 ਹੋ ਗਏ, ਤੁਹਾਡੀ ਸਰਕਾਰ ਤਾਂ ਸੀਲਬੰਦ ਰਿਪੋਰਟ ਖੋਲ੍ਹਣ ਲਈ ਹਾਈਕੋਰਟ ਗਈ ਨਹੀਂ, ਉਹ ਤਾਂ ਨਵਕਰਨ ਸਿੰਘ ਪੇਸ਼ ਹੋਇਆ, ਤੁਹਾਡੀ ਸਰਕਾਰ ਦਾ ਕੋਈ ਵਕੀਲ ਅੱਜ ਤੱਕ ਕਿਸੇ ਐਪਲੀਕੇਸ਼ਨ ਨਹੀਂ ਪਾਈ ਹੈਗੀ। ਮੇਰੀ ਗੱਲ ਨੂੰ ਸੁਣ ਬ੍ਰਦਰ, ਤੇ ਮੈਂ ਕਿਹੜੇ ਸਵਾਲ ਪੁੱਛ ਰਿਹਾ, ਅੱਜ ਦਾ ਪੁੱਛਦਾ? ਮੇਰੀ ਗੱਲ ਨੂੰ ਸੁਣਨਾ, ਮੈਂ ਅੱਜ ਦਾ ਪੁੱਛਦਾ, ਮੈਂ ਤਾਂ ਉਦੋਂ ਦਾ ਪੁੱਛਦਾ। ਨਹੀਂ ਪਰ ਕਿਉਂ ਨਹੀਂ ਆ ਰਹੀ? ਮੈਂ ਬਠਿੰਡੇ ਜਦੋਂ ਪੜ੍ਹਿਆ ਉਦੋਂ ਕੀ ਪੁੱਛਿਆ ਸੀ ਮੈਂ? ਇੱਥੇ ਆ ਕੇ ਕੀ ਪੁੱਛਿਆ ਸੀ ਮੈਂ? ਇੱਕ ਵਾਰ ਥੋੜ੍ਹਾ ਨਾ ਪੁੱਛਿਆ, 100 ਵਾਰ ਪੁੱਛ ਲਿਆ ਵੀ ਲਿਆਓ। ਅੱਛਾ, ਜਿਹੜੇ ਸਰਕਾਰ ਚ ਨੇ ਉਹਨਾਂ ਨੇ ਪੁੱਛ ਲਿਆ? ਭਾਜੀ ਸਵਾਲ ਹੋਦਾ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ 2015 ਚ, 130 ਨੰਬਰ FIR ਦਰਜ ਹੋਈ ਸੀ। ਮੈਂ ਤੁਹਾਨੂੰ ਦੱਸ ਦਿੰਦਾ ਕਿਹੜੀ FIR ਹੈ, 110 ਨੰਬਰ ਜਿਹੜੀ ਉਦੋਂ ਹੋਈ ਸੀ, ਔਰ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿੱਟ ਕੰਸਟੀਟਿਊਟ ਕੀਤੀ ਸੀ। ਕਿਹਨੇ ਕੀਤੀ ਸੀ? ਸੁਮੇਧ ਸੈਣੀ ਨੇ। ਸੁਮੇਧ ਸੈਣੀ ਨੇ ਆਪਣੇ ਗੁਰੂ ਆਏ ਬੋਏ ਸੋਕਾ ਸਾਹਿਬ ਤੇ ਉਹਨੇ ਕਲੀਨ ਚਿੱਟ ਕਿਹਨੂੰ ਦਿੱਤੀ? ਸੁਖਬੀਰ ਨੂੰ। ਦੋਸ਼ੀਆਂ ਨੂੰ ਸਜ਼ਾ ਦੇਣੀ ਸੀ, ਅੱਜ ਉਹ ਉਹਨਾਂ ਦੀ ਢਾਲ ਬਣ ਰਹੀ ਹੈ। ਸਵਾਲ ਇਹ ਪੈਦਾ ਹੁੰਦਾ, ਸਰਕਾਰ ਤੁਹਾਡੀ ਹੈ, ਮਹੀਨਾ ਰਹਿ ਗਿਆ, ਤੁਹਾਡੇ ਮਨ ਚ ਇੰਨਾ ਵੱਡਾ ਦਰਦ ਹੈ, ਕਿੰਨਾ ਚਿਰ ਤੁਸੀਂ ਇਹ ਦਰਦ ਆਪਣੇ ਨੂੰ ਕੰਟਰੋਲ ਕਰੋ? ਜਦੋਂ ਤੁਸੀਂ ਫਰੰਟ ਪੇਜ ਤੇ ਮੈਨੂੰ ਸਵਾਲ ਕਰੋਗੇ I will defend my name fiercely like a lion. ਚੁਣੋ, ਤੁਸੀਂ ਚੁਣੋ ਨਾ ਜੋ ਕੰਪਰੋਮਾਈਜ ਅਫਸਰ ਜਾਂ PPCC ਚੀਫ, ਚੁਣੋ ਚੁਣੋ ਖੜੂ ਪੰਜਾਬ ਦੇ ਕਰਕੇ। ਕਿਉਂ ਨੀ ਤੁਹਾਡੀ ਗੱਲ ਮੰਨ? ਮੈਂ ਕਿਹਾ ਪੁੱਛ, ਜਿਹਨੂੰ ਪੁੱਛਣਾ ਪੁੱਛੋ,
ਸਿੱਧੂ ਸਾਹਿਬ ਵਿਧਾਨ ਸਭਾ ਚ ਤੁਸੀਂ ਕਿਹਾ ਰਿਪੋਰਟ ਪੇਸ਼ ਕਰੋ, ਕਿਹੜੀ ਕਹਿ ਰਹੇ ਹੋ? आपने कहा कि मैं पांच साल का जो है वो हिसाब मांग रहा हूँ, पिछले पांच साल की बात। नहीं 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 नहीं, बिल्कुल गलत। जिस दिन से सात साल ठीक है सर, जिस दिन से ये शुरू हुई, कालियों को क्यों छोड़ा, राज्यसभा क्यों छोड़ी, उनको डाकू क्यों कहा, तस्कर क्यों कहा, नहीं तो नाम बता दे छोटे भाई, उस बंदे का नाम बता, छह साल की राज्यसभा छोड़ी हो, क्यों छोड़ी पंजाब की? इसलिए इट इज नॉट फाइव इयर्स, इट इज नॉट टू मंथ्स, इट इज नॉट, आई हैव बीन कांस्टेंट सेवन इयर्स, सेवन इयर्स। फिर अकाल तख्त के जथेदार को कौन गया, की किया, माफी क्यों दी? कोई दसे भी थोड़े लिफाफे जो कितना निकले, तुसी माफी कितना दवाई, ਹਿੰਦੀ ਦੀ ਚਿੱਠੀ ਪੰਜਾਬੀ ਕਿੱਦਾਂ ਹੋਈ, ਤੁਸੀਂ ਪ੍ਰੋਟੈਕਸ਼ਨ ਕਿੱਦਾਂ ਕੀਤੀ 2015 ਤੋਂ ਲੈ ਕੇ, ਤੁਸੀਂ ਕਿਸੇ ਦੀ ਬਾਂਹ ਰੋੜ ਕੇ ਉਹ ਤੋਂ ਵੋਟਾਂ ਲੈਣ ਖਾਤਰ, ਤੁਸੀਂ ਚਾਰਜਸ਼ੀਟ ਕਿਉਂ ਨਹੀਂ ਦਿੱਤੀ, ਤੁਸੀਂ ਵਿਡਰੋਅ ਕਰ ਲਿਆ ਸਾਰਾ ਕੁਛ, ਹੋਰ ਪੁੱਛਿਆ ਕਿ ਨਹੀਂ ਪੁੱਛਿਆ? ਸਿੱਧੂ ਸਾਹਿਬ कांग्रेस सरकार की बात कर रहे हैं, आपने कहा कि कैप्टन अमरिंदर सिंह को क्यों उतारा गया, किस कारण उतारा गया, अब नए मुख्यमंत्री बन गए हैं, उनको लाने में भी सबसे बड़ा हाथ आप ही का रहा। नहीं 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 नहीं, उनको लाने के लिए हाईकमांड का हाथ है, गलत बात मत बोल, मैं ਹਾਂਜੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਉਂਦੇ ਨੇ 2015-16 ਦੇ ਵਿੱਚ, ਪੈਦਲ ਪਦ ਯਾਤਰਾ ਕਰਦੇ ਨੇ ਉਸ ਟਾਈਮ, ਬਰਗਾੜੀ ਵੀ ਜਾ ਕੇ ਆਉਂਦੇ ਨੇ, ਇਨਸਾਫ ਦੇਣ ਦੀ ਵੀ ਗੱਲ ਕਹਿ ਕੇ ਆਉਂਦੇ ਨੇ, ਫਿਰ ਸੁਣੇਗਾ ਕੌਣ, ਤੁਸੀਂ ਸਵਾਲ ਕਾਫੀ ਟਾਈਮ ਦੇ ਚੁੱਕੇ। ਮੇਰੀ ਗੱਲ ਸੁਣੋ, ਕਿੰਨਾ ਵਧੀਆ ਮੈਂ ਕਹਿਣਾ, ਹੱਥਾਂ ਤੇ ਕਹਿੰਦਾ, ਬੰਦ ਕਮਰਿਆਂ ਚ ਵੀ ਕਿਹਾ, ਵੱਡੀਆਂ ਮੀਟਿੰਗਾਂ ਚ ਵੀ ਕਿਹਾ, ਸਟੇਟ ਪ੍ਰੈਜ਼ੀਡੈਂਟ ਜਿੱਥੇ ਬਣ ਕੇ ਗਿਆ ਉੱਥੇ ਵੀ ਕਿਹਾ, ਕੌਣ ਸੀ ਟੌਰਚ ਬੇਅਰਰ, ਹੂ ਵਾਸ ਦੀ ਟੌਰਚ ਬੇਅਰਰ, ਹੂ ਵਾਸ ਦੀ ਲੀਡਿੰਗ ਲਾਈਟ ਇਨ ਬੋਥ ਦੀਸ ਇਸ਼ੂਸ, ਵੈਦਰ ਇਟ ਵਾਸ ਡਰੱਗਸ ਠੀਕ ਹੈ ਜੀ, ਔਰ ਇਟ ਵਾਸ ਬਰਗਾੜੀ, ਕੌਣ ਸੀ ਭਾਜੀ, ਕੌਣ ਸੀ ਕਿਹੜਾ ਗਿਆ, ਉਹ ਭਾਈ ਸਾਡੇ ਕੋਲ ਤੇ ਮੇਰੇ ਕੋਲ ਤੇ ਐਗਜੀਕਿਊਟਿਵ ਪਾ ਪਾ ਰਹੇ ਨੇ, ਲੋਕੀ ਸੋਚਦੇ ਪ੍ਰਧਾਨ ਬਣ ਕੇ ਕਰਦੂ, ਕਿਵੇਂ ਕਰਦੂ, ਸਮਝੋ ਮੇਰੀ ਗੱਲ, ਐਡਮਿਨਿਸਟ੍ਰੇਟਿਵ ਪਾਵਰ ਚਾਹੀਦੀ ਹੈ, ਇਸ ਗੱਲ ਨੂੰ ਸਮਝੋ, ਪੰਜਾਬ ਦੇ ਲੋਕ ਜੇ ਨਹੀਂ ਸਮਝਦੇ ਤੁਸੀਂ ਸਮਝਾਓ, ਪਾਵਰ ਤੇ ਹਾਈ ਕਮਾਂਡ ਨੇ ਦੇਣੀ ਹੈ, ਜਿੰਨੀ ਪਾਵਰ ਮੇਰੇ ਕੋਲ ਹੈ ਉਹਨੂੰ ਵੱਧ ਹੋਣਾ ਕਿ ਨਹੀਂ, ਹੁਣ ਇਹ ਵੀ ਤੁਹਾਡੀਆਂ ਚਲਣਾ
ताज़ा अपडेट्स व बड़ी खबरों के लिए सब्सक्राइब करें आज प्रकाश।